ਕੈਲਗਰੀ ਕੈਨੇਡਾ ਦੇ ਵਿੱਚ ਕੁੱਟਮਾਰ ਦਾ ਵਿਵਾਦ ਸਾਹਮਣੇ ਆਇਆ। ਗੁਰਦੁਆਰਾ ਸਾਹਿਬ ਦੇ ਅੰਦਰ ਤੇ ਬਾਹਰ ਕੁੱਟਮਾਰ ਕੀਤੀ ਗਈ ਹੈ। ਕੈਲਗਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਿਵਾਦ ਖੜਾ ਹੋ ਗਿਆ। ਦਰਅਸਲ ਗੁਰਦੁਆਰਾ ਸਾਹਿਬ ਦੇ ਬਾਹਰ ਬਹੁਤ ਦਿਨਾਂ ਤੋਂ ਧਰਨਾ ਲਗਾਇਆ ਹੋਇਆ ਸੀ। 24 ਤੋਂ 25 ਦਸੰਬਰ ਤੋਂ ਇਹ ਧਰਨਾ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਲੈ ਕੇ ਹੁਣ ਤੱਕ ਇਸੇ ਤਰ੍ਹਾਂ ਚੱਲਦਾ ਆ ਰਿਹਾ ਸੀ। ਪਰ ਇਸ ਧਰਨੇ ਤੋਂ ਬਾਅਦ, ਇਸ ਧਰਨੇ ਦੇ ਲੱਗਣ ਤੋਂ ਬਾਅਦ ਵਿਵਾਦ ਅਸਲ ਸ਼ੁਰੂ ਹੁੰਦਾ ਆ, ਕਿਉਂਕਿ ਗੁਰਦੁਆਰੇ ਦੀ ਕਮੇਟੀ ਨੂੰ ਲੈ ਕੇ, ਜਿਹੜੀ ਪ੍ਰਬੰਧਨ ਕਮੇਟੀ ਹੈ ਉਸ ਨੂੰ ਲੈ ਕੇ ਇਹ ਵਿਵਾਦ ਖੜਾ ਹੋਇਆ ਸੀ। ਅਤੇ ਇਸ ਧਰਨੇ ਦੇ ਵਿੱਚ ਮੌਜੂਦ ਲੋਕਾਂ ਨੇ, ਖਾਸ ਕਰਕੇ ਸੰਗਤਾਂ ਨੇ, ਗੁਰਦੁਆਰੇ ਪ੍ਰਬੰਧਨ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਸੀ, ਕਿਉਂਕਿ ਗੁਰਦੁਆਰੇ ਦੇ ਪ੍ਰਬੰਧਨ ਤੋਂ ਨਾ ਖੁਸ਼ ਸੀਗੇ ਜਿਹੜੇ ਲੋਕ ਸੀ ਕੈਲਗਰੀ ਦੇ। ਮੋਸਟਲੀ ਜਿਹੜੇ ਕੈਲਗਰੀ ਦੇ ਇਸ ਗੁਰਦੁਆਰੇ ਦੇ ਆਸੇ ਪਾਸੇ ਰਹਿਣ ਵਾਲੇ ਲੋਕ ਸੀ, ਉਹ ਇਸ ਕਮੇਟੀ ਤੋਂ ਨਾ ਖੁਸ਼ ਸੀ, ਜਿਸ ਕਰਕੇ ਉਹਨਾਂ ਨੇ ਧਰਨਾ ਲਗਾਇਆ ਹੋਇਆ ਸੀ। ਖੈਰ, ਇਸ ਧਰਨੇ ਦੇ ਵਿੱਚ ਖਾਸੀ ਕੁੱਟਮਾਰ ਦੇਖਣ ਨੂੰ ਮਿਲੀ ਹੈ। ਵੱਡੇ ਪੱਧਰ ਦੇ ਉੱਤੇ ਕੁੱਟਮਾਰ ਕੀਤੀ ਗਈ ਹੈ। ਗੁਰਦੁਆਰੇ ਦੇ ਬਾਹਰ ਵੀ ਪਹਿਲਾਂ ਕੁੱਟਮਾਰ ਹੋਈ, ਫਿਰ ਅੰਦਰ ਤੱਕ ਇਹ ਕੁੱਟਮਾਰ ਪਹੁੰਚ ਜਾਂਦੀ ਹੈ। ਇੱਕੋ ਦਿਨ ਦੇ ਵਿੱਚ ਪੁਲਿਸ ਨੂੰ 2 ਤੋਂ 3 ਵਾਰ ਬੁਲਾਇਆ ਗਿਆ, ਕਿਉਂਕਿ ਇਹ ਘਟਨਾਵਾਂ ਜਿਹੜੀਆਂ ਨੇ ਇੱਕੋ ਦਿਨ ਦੇ ਵਿੱਚ 2 ਤੋਂ 3 ਵਾਰ ਵਾਪਰੀਆਂ ਨੇ। ਝਗੜਾ ਜਿਹੜਾ ਆ ਇੱਕੋ ਦਿਨ ਦੇ ਵਿੱਚ 2 ਤੋਂ 3 ਵਾਰ ਹੋਇਆ ਹੈ, ਜਿਸ ਨੂੰ ਲੈ ਕੇ ਪੁਲਿਸ ਨੂੰ ਫੋਨ ਕਰ ਦਿੱਤਾ ਜਾਂਦਾ ਹੈ। ਪੁਲਿਸ ਦਾ ਇਹ ਦਾਅਵਾ ਆ ਕਿ ਪੁਲਿਸ ਨੇ ਉੱਥੇ ਪਹੁੰਚ ਕੇ ਇਹਨਾਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਦੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਹੋ ਸਕਿਆ, ਜਿਸ ਦੇ ਚੱਲਦੇ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਜਾਂਚ ਜਿਹੜੀ ਹੈ ਉਹ ਕਹਿ ਦਿੱਤੀ ਹੈ। ਔਰ ਦੂਜੇ ਪਾਸੇ ਅਜੇ ਤੱਕ ਜ਼ਾਹਿਰ ਤੌਰ ਦੇ ਉੱਤੇ ਕੋਈ ਵੀ ਮਾਮਲਾ ਨਹੀਂ ਦਰਜ ਕੀਤਾ ਗਿਆ, ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਹਾਂ, ਇਹ ਜ਼ਰੂਰ ਹੈ ਕਿ ਦੋਵਾਂ ਧਿਰਾਂ ਨੂੰ ਆਪਸ ਦੇ ਵਿੱਚ ਬਿਠਾ ਕੇ ਸਮਝਾਉਣ ਦੀ ਕੋਸ਼ਿਸ਼ ਪੁਲਿਸ ਜ਼ਰੂਰ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਲਾਅ ਐਂਡ ਆਰਡਰ ਦੀ ਸਥਿਤੀ ਹੈਗੀ ਹੈ। ਗੁਰਦੁਆਰਾ ਸਾਹਿਬ ਔਨ ਰੋਡ ਨੇ ਔਰ ਉਸੇ ਥਾਂ ਦੇ ਉੱਤੇ ਇਹੋ ਜਿਹਾ ਝਗੜਾ ਬਿਲਕੁਲ ਜਿਹੜਾ ਪੁਲਿਸ ਦੇ ਉੱਤੇ ਵੀ ਅਤੇ ਪ੍ਰਸ਼ਾਸਨ ਉੱਤੇ ਵੀ ਵੱਡੇ ਸਵਾਲ ਖੜ੍ਹੇ ਕਰਦਾ। ਇਸ ਵਾਸਤੇ ਪੁਲਿਸ ਨੇ ਪੂਰੀ ਕੋਸ਼ਿਸ਼ ਕੀਤੀ ਕਿ ਦੋਵੇਂ ਧਿਰਾਂ ਨੂੰ ਰੋਕਿਆ ਜਾ ਸਕੇ, ਦੋਵੇਂ ਧਿਰਾਂ ਦੇ ਵਿਚਾਲੇ ਸਮਝੌਤਾ ਕਰਾਇਆ ਜਾ ਸਕੇ, ਪਰ ਧਰਨਾ ਜਿਹੜਾ ਇੱਕ ਪਾਸੇ ਉਹ ਬਰਕਰਾਰ ਹੈ। ਧਰਨਾ ਤਾਂ ਲਗਾਇਆ ਗਿਆ ਸੀ ਕਿਉਂਕਿ ਗੁਰਦੁਆਰੇ ਦੀ ਪ੍ਰਬੰਧਨ ਕਮੇਟੀ ਤੋਂ ਨਾ ਖੁਸ਼ ਸੀਗੇ ਕਈ ਲੋਕ, ਔਰ ਉਹਨਾਂ ਨੇ ਹੀ ਇਸ ਕਮੇਟੀ ਦੇ ਖਿਲਾਫ਼ ਧਰਨਾ ਲਗਾ ਦਿੱਤਾ ਸੀ। ਪਰ ਆਖਿਰਕਾਰ ਇਹ ਝਗੜਾ ਇੰਨਾ ਵੱਧ ਗਿਆ ਔਰ ਇਹ ਹਾਲਾਤ ਬਣ ਗਏ। ਹੁਣ ਤੱਕ ਤਾਂ ਇਹ ਵੀ ਇਲਜ਼ਾਮ ਲਗਾਏ ਜਾ ਚੁੱਕੇ ਨੇ ਕਿ ਦਰਅਸਲ ਜਿਹੜੀ ਹੁਣ ਦੀ ਕਮੇਟੀ ਹੈ ਉਹ ਨਿਯਮਾਂ ਦੀ ਉਲੰਘਣਾ ਕਰਦੀ ਹੈ, ਉਹ ਮਰਿਆਦਾ ਦੇ ਆਧਾਰ ਦੇ ਉੱਤੇ ਗੁਰਦੁਆਰਾ ਸਾਹਿਬ ਨੂੰ ਨਹੀਂ ਚਲਾਉਂਦੀ ਪਈ, ਉਹ ਸਗੋਂ ਆਪਣੇ ਕੰਮ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੀ ਆੜ ਦੇ ਵਿੱਚ ਕਰਦੀ ਪਈ ਹੈ। ਖੈਰ, ਇਹੋ ਜਿਹੇ ਕਈ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਚੁੱਕੇ ਨੇ, ਪਰ ਇਹਨਾਂ ਮਾਮਲਿਆਂ ਨੂੰ ਲੈ ਕੇ ਆਏ ਦਿਨ ਹੁਣ ਇਹੋ ਜਿਹੀਆਂ ਝੜਪਾਂ ਹੋ ਰਹੀਆਂ ਨੇ, ਜੋ ਤਸਵੀਰਾਂ ਸਾਹਮਣੇ ਆਈਆਂ ਨੇ ਹੈਰਾਨ ਕਰ ਦੇਣ ਵਾਲੀਆਂ, ਉਹ ਆਓ ਵੇਖਦੇ ਹਾਂ। Subscribe to One India channel and never miss an update.